ਦੇਸ਼ ਭਰ ਵਿਚ ਰੱਖੜੀ ਦਾ ਤਿਉਹਾਰ ਬੜੀਆਂ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਦੀਆਂ ਜੇਲਾਂ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਉਨ੍ਹਾਂ ਦੀਆਂ ਭੈਣਾਂ ਵੱਲੋਂ ਰੱਖੜੀਆਂ ਬੰਨਣ ਦਾ ਜੇਲ੍ਹ ਪ੍ਰਸ਼ਾਸਨ ਵੱਲੋਂ ਖਾਸ ਪ੍ਰਬੰਧ ਕੀਤਾ ਗਿਆ ਸੀ। ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਕੈਦੀ ਅਜੇਪਾਲ ਭਗਵਾਨ ਸਿੰਘ ਹਰਬੰਸ ਸਿੰਘ ਨੇ ਕਿਹਾ ਕਿ ਅਸੀਂ ਜੇਲ੍ਹ ਪ੍ਰਸ਼ਾਸਨ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਨ੍ਹਾਂ ਨੂੰ ਭੈਣਾਂ ਭਰਾਵਾਂ ਦੇ ਇਸ ਤਿਉਹਾਰ ਨੂੰ ਘਰ ਵਰਗੇ ਮਾਹੌਲ ਵਿਚ ਮਨਾਉਣ ਦਾ ਮੌਕਾ ਮਿਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਜੇਲ੍ਹ ਸੁਪਰੀਡੈਂਟ ਕਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੇਲ੍ਹ ਅੰਦਰ ਆਜ਼ਾਦੀ ਦਿਵਸ ਅਤੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ ਹੈ। ਬੰਦੀਆਂ ਨੂੰ ਰੱਖੜੀ ਬੰਨਣ ਆਈਆਂ ਉਨ੍ਹਾਂ ਦੀਆਂ ਭੈਣਾਂ ਨੂੰ ਬੜੇ ਮਾਣ ਸਤਿਕਾਰ ਨਾਲ ਘਰ ਵਰਗਾ ਮਾਹੌਲ ਦੇ ਕੇ ਸਭ ਨਾਲ ਖੁਸ਼ੀ ਸਾਂਝੀ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਨਵੇਂ ਇੰਦਰ ਸਿੰਘ ਡਿਪਟੀ ਜੇਲ੍ਹ ਸੁਪਰੀਡੈਂਟ, ਮਨਜੀਤ ਸਿੰਘ ਵੈਲਫੇਅਰ ਅਫਸਰ ਵੀ ਹਾਜ਼ਰ ਸਨ। ਅੱਜ 15 ਅਗਸਤ ਹੋਣ ਕਰਕੇ ਸਾਰੇ ਦੇਸ਼ ਅਤੇ ਸਟੇਟ ਵਿੱਚ ਬੜੀ ਧੂਮਧਾਮ ਨਾਲ 15 ਅਗਸਤ ਮਨਾਇਆ ਜਾ ਰਿਹਾ। 15 ਅਗਸਤ ਦੀ ਛੁੱਟੀ ਹੋਣ ਕਰਕੇ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਮਾਣਯੋਗ ਜੇਲ੍ਹ ਮੰਤਰੀ ਰਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਸਪੈਸ਼ਲ ਹਦਾਇਤਾਂ ਕੀਤੀਆਂ ਗਈਆਂ ਸੀ ਕਿ ਭੈਣਾਂ ਭਰਾਵਾਂ ਦਾ ਰੱਖਿਆ ਬੰਨਣ ਦਾ ਤਿਉਹਾਰ 15 ਅਗਸਤ ਨੂੰ ਹੋਣ ਕਰਕੇ 14 ਅਤੇ 15 ਦੋ ਦਿਨ ਰੱਖੜੀ ਵਾਸਤੇ ਸਮਾਂ ਦਿੱਤਾ ਗਿਆ ਸੀ, ਜਿਸ ਕਰਕੇ ਕੱਲ੍ਹ ਵੀ ਜੋੜੀ ਵਿੱਚ ਸਾਰਾ ਦਿਨ ਰੱਖੜੀਆਂ ਦਾ ਤਿਉਹਾਰ ਭੈਣਾਂ ਭਰਾਵਾਂ ਵੱਲੋਂ ਮਨਾਇਆ ਗਿਆ ਅਤੇ ਨਾਮ ਦਿੱਤਾ ਗਿਆ। ਅੱਜ 15 ਤਰੀਕ ਨੂੰ ਛੁੱਟੀ ਦਾ ਦਿਨ ਹੋਣ ਕਰਕੇ ਵੀ ਬੜੇ ਖੁੱਲ੍ਹੇ ਮਾਹੌਲ ਵਿੱਚ ਡਿਉੜੀ ਵਿੱਚ ਭੈਣਾਂ ਨੂੰ ਭਰਾਵਾਂ ਨੂੰ ਆਪਸ 'ਚ ਮਿਲਾਉਣ ਦਾ ਸਮਾਂ ਦਿੱਤਾ ਗਿਆ ਅਤੇ ਉਹ ਤਾਂ ਕਿ ਆਪਣਾ ਰੱਖਿਆ ਬੰਧਨ ਦਾ ਤਿਉਹਾਰ ਮਨਾ ਸਕਣ। ਜਿਸ ਦੇ ਵਿੱਚ ਸਪੈਸ਼ਲ ਅਰੇਂਜਮੈਂਟ ਕੀਤਾ ਗਿਆ ਬੈਠਣ ਦਾ, ਚਾਹ ਪਾਣੀ ਦਾ, ਬੱਚਿਆਂ ਦਾ, ਉਹਨਾਂ ਦੇ ਨਾਲ ਆਏ ਹੋਰ ਛੋਟੇ ਬੱਚਿਆਂ ਦਾ ਵੀ ਅਰੇਂਜਮੈਂਟ ਕੀਤਾ ਗਿਆ ਅਤੇ ਕਿਸੇ ਨਾ ਕਿਸੇ ਕਾਰਨ ਜਿਹੜੇ ਲੋਕ ਅੰਦਰ ਆ ਗਏ ਭੈਣ ਭਰਾ ਵਿਛੜ ਕੇ, ਉਹ ਇਹ ਮਹਿਸੂਸ ਨਾ ਕਰਨ ਕਿ ਅਸੀਂ ਅੱਜ ਜੇਲ੍ਹ 'ਚ ਹਾਂ। ਉਸ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਡਿਉੜੀ ਵਿੱਚ ਸਵੇਰ ਤੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਾ ਸਮਾਂ ਦਿੱਤਾ ਗਿਆ ਅਤੇ ਮਠਿਆਈਆਂ ਭੈਣਾਂ ਵੱਲੋਂ ਲਿਆਂਦੀਆਂ, ਉਹਨਾਂ ਨੂੰ ਭੇਜੀਆਂ ਜਾ ਰਹੀਆਂ ਨੇ। ਪ੍ਰੋਪਰ ਸਰਚ ਕਰਕੇ ਸਕਿਉਰਟੀ ਪੱਖੋਂ ਰੂਟ ਲਿਆ ਰਿਹਾ, ਉਹਨੂੰ ਵੀ ਸਰਚ ਕਰਕੇ ਉਹਨਾਂ ਨੂੰ ਅੰਦਰ ਭੇਜਿਆ ਜਾ ਰਿਹਾ, ਅੰਦਰ ਸਪੈਸ਼ਲ ਖਾਣਾ ਦਿੱਤਾ ਜਾ ਰਿਹਾ ਅਤੇ ਬੜੇ ਧੂਮਧਾਮ ਨਾਲ ਰੱਖਿਆ ਬੰਧਨ ਮਨਾਇਆ ਜਾ ਰਿਹਾ ਸਰਕਾਰ ਦੇ ਵਿੱਚ। ਬਹੁਤ ਚੰਗਾ ਲੱਗਿਆ, ਅਸੀਂ ਆਪਣੇ ਪ੍ਰਾਣ ਵਾਸ ਛੂ ਸਕੀਆਂ, ਮਿਲ ਸਕੀਆਂ, ਉਹਦੇ ਹੱਥ ਤੇ ਰੱਖੜੀ ਬੰਨ ਸਕੀਆਂ, ਸਾਨੂੰ ਬਹੁਤ ਹੀ ਵਧੀਆ ਲੱਗਿਆ। ਥੈਂਕ ਯੂ। ਕਿਦਾਂ ਦਾ ਮਾਹੌਲ ਲੱਗਦਾ ਜਿਵੇਂ ਕਿ ਘਰ ਵਿੱਚ ਕਿਦਾਂ ਦਾ ਹੁੰਦਾ ਜੀ? ਘਰ ਵਰਗਾ ਮਾਹੌਲ ਹੀ ਅੱਜ ਤਾਂ ਲੱਗ ਰਿਹਾ ਹੈ, ਬਾਕੀ ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਹੈ। ਵੈਸੇ ਤਾਂ ਸਾਨੂੰ ਅੱਜ ਕੋਈ ਫੀਲ ਨਹੀਂ ਹੋਇਆ, ਵੈਸੇ ਘਰ 'ਚ ਰੱਖੜੀ ਬੰਨੀਏ ਜਾਂ ਅਸੀਂ ਜੇਲ੍ਹ 'ਚ ਆ ਕੇ ਰੱਖੜੀ। ਫਿਰੋਜ਼ਪੁਰ ਤੋਂ HS ਕੰਬੋਜ ਦੀ ਰਿਪੋਰਟ।